जो रचना दिस रही है हम अच्छा विच लीन हो जाती है लीन हो जाती है फिर काश है निकली हुई दल काश माया सुनो तो पैदा हुई चार चीजा जा निकल गई सचे ते भवना पे है ना आकाश को सचा कह सकते सचे वाले को आकाश है आकाश पुराना भी होंगे आकाश को कट्ठा नहीं कर सकते आकाश को कटिया नहीं जा सकता यही गुण सचे ने मानते भी यही ने मानते भी यही गुण ने पुराना नहीं होंगे सारे वही हो कटे नहीं जा सकता मर नहीं सकता मर नहीं सकता दिखता नहीं दिखता नहीं सारे गुण ने दराकारी शरीर है दराकारी चीज है सुन अवस्था का नाम जब कोई भी फुल नहीं अंदर तो सुन जो सहज अवस्था च हो सुन तो ही सहज है सुन अवस्था के कोई इच्छा की जोत हैगी है माया भी हैगी तो कट्ठे ही कुछ हिस्सा खाली किया संसार बढ़ने वास्ते जिन्ने हिस्से च भी फोड़ा पैदा होया उन्ने हिस्से का रंग रूप बदल गया बदल गया कदा हो गया खूब बस आ जिन्ना रचना के अंदर गंदगी है ये थोड़ा ही रसौली है पेट से रसाब कितों है वे रसाव शरीर च पैदा हुई है रसौली फर्क आई नहीं फर्क आई नहीं गंदगी जो कीड़े पैदा होते हैं ਅਹੀਂ ਜੀਵਨ ਕੀੜੇ ਗਿਆ ਹੋਰ ਕੀ ਹੈ ਵਿਸਤਾਰ ਹੈ ਜੀ ਵਿਸਤਾਰ ਵਿਸਤਾਰ ਮਾਇਆ ਸਮਾ ਹੋਰ ਕੀ ਉਹਦੇ ਵਿੱਚੇ ਵਿਕਾਰ ਪੈਦਾ ਹੋ ਗਿਆ ਉਸੇ ਖੋਲ ਤੇ ਵਿਕਾਰ ਪੈਦਾ ਹੋ ਗਿਆ ਤੇ ਵਰਤ ਆਇਆ ਨਹੀਂ ਵਰ ਵਿਕਾਰੀ ਹੋ ਗਿਆ ਇੱਕ ਸੈੱਲ ਵਿਕਾਰੀ ਤੇ ਵਰ ਵਿਕਾਰੀ ਹੋਇਆ ਤਾਂ ਇੱਕ ਸੈੱਲ ਵਿਕਾਰੀ ਹੋ ਕਰੋੜਾਂ ਅਰਬਾਂ ਖਰਬਾਂ ਸੈੱਲ ਵਿਕਾਰੀ ਹੋ ਗਏ ਤਾਂ ਰਸੌਲੀ ਬਣੀ ਇੱਕ ਦੋ ਸੈੱਲ ਤਾਂ ਖਰਾਬ ਹੋਣ ਰਸੌਲੀ ਬਣਦੀ ਕਿੰਨੇ ਸੈੱਲ ਖਰਾਬ ਹੋ ਗਏ ਇੱਕ ਸੈੱਲ ਜਿਹੜਾ ਹੈਗਾ ਉਹ ਯੂਨਿਟ ਹੈ ਇੱਕ ਦੀ ਜਿਹੜਾ ਇੱਕ ਹੈ ਸੈੱਲ ਕਿੰਨੇ ਨੇ ਫਿਰ ਖਰਾਬ ਹੋਏਗਾ ਉਹ ਸਾਰੇ ਜੀਵ ਹੈ ਇੱਕ ਸੈੱਲ ਤੇ ਇੱਕ ਯੂਨਿਟ ਆ ਕੇ ਆਪਣੀ ਤੇ ਉਹਨੇ ਜੀਵ ਨੇ ਫਿਰ ਜਿਹਦੇ ਸੈੱਲ ਸਾਰੇ ਸੈੱਲ ਜੀਵਤ ਤੇ ਸਾਰੇ ਸੈੱਲ ਜੀਵਤ ਤੇ ਜਮਦੇ ਵੀ ਰਹਿੰਦੇ ਨੇ ਸੈੱਲ ਮਰਦੇ ਵੀ ਰਹਿੰਦੇ ਨੇ ਸਰੀਰ ਦੇ ਵੈਸੇ ਵੀ ਸੈੱਲ ਉਹਦੇ ਮਰਦੇ ਜਮਦੇ ਰਹਿੰਦੇ ਨੇ ਉਹਦਾ ਸਰੀਰ ਹੈ ਇੱਕ ਇਹ ਸਾਰੇ ਸੰਸਾਰ ਹੈ ਉਹਦਾ ਸਰੀਰ ਇਸੇ ਕਰਕੇ ਸ਼ਾਖ ਕਿਹਾ ਸਰੀਰ ਦੇ ਸੈੱਲ ਨੇ ਵਰਦੇ ਵੀ ਰਹਿੰਦੇ ਨੇ ਜਮਦੇ ਵੀ ਰਹਿੰਦੇ ਨੇ ਨਵੇਂ ਬਣਦੇ ਰਹਿੰਦੇ ਤਰਬਰ ਏਕ ਅਨੰਤਕਾਰ ਸਾਖਾ ਤਰਬਰ ਇੱਕੋ ਹੀ ਹੈ ਸਰੀਰ ਇੱਕੋ ਹੀ ਹੈ ਕਰਤੇ ਪੁਰਖ ਦਾ ਸਾਰਾ ਵਿਰਾਟ ਰੂਪ ਚ ਇੱਕੋ ਹੀ ਸਰੀਰ ਹੈ ਵਿਰਾਟ ਸਰੀਰ ਇੱਕੋ ਹੀ ਹੈ ਸਾਰਾ ਉੱਥੇ ਸੈੱਲ ਸੀ ਅਸੀਂ ਤਾਂ ਉਹਦੇ ਸੈੱਲ ਖਰਾਬ ਹੋ ਗਏ ਸਵਸਥ ਹੋ ਜਾਵਾਂਗੇ ਬਾਹਰ ਨਿਕਲ ਜਾਵਾਂਗੇ ਜਿਹੜੇ ਜੇ ਖਰਾਬ ਜਿਹੜੇ ਇਲਾਜ ਦੇ ਵਿੱਚ ਫਿਰੀ ਜਾਂਦੇ ਉਪਚਾਰ ਚੱਲਦਾ ਦਵਾਈ ਬੂਟੀ ਚੱਲਦੀ ਹੈ ਦਵਾਈ ਬੂਟੀ ਹੈ ਹੋਰ ਕੀ ਹੈ ਕੁਛ ਵੀ ਨਹੀਂ ਸਿਸਟਮ ਕਿਤੇ ਤੁਸੀਂ ਦੇਖ ਲਓ ਘਟਾ ਕੇ
एक आदमी के शरीर से कट जाती है।